ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲਿਓ ਐਸ ਟੀਵੀ ਮੈਂ ਬਰਨ ਕੋਰਮਾਨ ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦੇ ਬਲਟਨ ਦੇ ਸਪான்ਸਰ ਨੇ ਰੀਮਿਕਸ ਦੇ ਰੀਲਟਰ ਗੁਰਜੀਤਿੰਦਰ ਸਿੰਘ ਰੰਦਾਵਾ ਨਾ ਤੋ ਹਾਰਟ ਟ੍ਰਿਕ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰ ਮੰਨਿਆ ਨਾਮ ਨੇ ਔਰ ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਤੇ ਪਹਿਲਾਂ ਛੋਣ ਦਿਆਂ ਖਬਰਾਂ ਕੈਨੇਡਾ ਸਰਕਾਰ ਨੇ ਨਵੇਂ ਸਾਲ ਤੇ ਵਿਦੇਸ਼ੀਆਂ ਨੂੰ ਦਿੱਤਾ ਝਟਕਾ ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਣਗੇ ਭਾਰਤੀ ਅਮਰੀਕਾ ਦੇ ਵਿੱਚ ਕੁਦਰਤ ਦਾ ਕਹਿਰ ਭਿਆਨਕ ਤੂਫਾਨ ਮਗਰੋਂ بارش ਤੇ ਬਰਫਬਾਰੀ ਨੇ ਮਚਾਈ ਤਬਾਹੀ ਮੌਸਮ ਵਿਭਾਗ ਦੀ ਚੇਤਾਵਨੀ ਤੁੰਦਕਾਰਨ ਫਲਾਈਟਾਂ ਹੋਈਆਂ ਲੇਟ ਮੁਸਾਫਰ ਹੋਏ ਪਰੇਸ਼ਾਨ 9ਵੇਂ ਸਾਲ ਦੇ ਜਸ਼ਨ ਮੌਕੇ ਨਿਊਯਾਰਕ ਪੁਲਿਸ ਦੇ ਤਿੰਨ ਅਧਿਕਾਰੀਆਂ ਤੇ ਹਮਲਾ ਅਮਰੀਕਾ 'ਚ ਕਾਰ ਨੂੰ ਅੱਗ ਲੱਗਣ ਕਾਰਨ ਤਿੰਨ ਬੱਚੀਆਂ ਦੀ ਸੜਨ ਦੇ ਨਾਲ ਮੌਤ ਐਲਾਨ ਮਸਕ ਇੱਕ ਵਾਰੀ ਫੇਰ ਤੋਂ ਆਏ ਸੁਰਖੀਆਂ ਦੇ ਵਿੱਚ ਉਹਨਾਂ ਦੇ ਵਿਰੁੱਧ ਕੇਸ ਹੋਇਆ ਦਰਜ ਮੈਕਸੀਕੋ ਦੀ ਜੇਲ੍ਹ ਤੇ ਬੰਦੂਕਧਾਰੀਆਂ ਦਾ ਹਮਲਾ 10 ਸੁਰੱਖਿਆ ਕਰਮਚਾਰੀਆਂ ਸਮੇਤ 14 ਦੀ ਮੌਤ 24 ਕੈਦੀ ਫਰਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਕੈਨੇਡਾ ਸਰਕਾਰ ਨੇ ਨਵੇਂ ਸਾਲ ਤੇ ਵਿਦੇਸ਼ੀਆਂ ਨੂੰ ਵੱਡਾ ਝਟਕਾ ਦਿੱਤਾ ਸਰਕਾਰ ਨੇ ਵਿਦੇਸ਼ੀਆਂ ਦੇ ਪ੍ਰਾਪਰਟੀ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਹੈ ਕਰੋਨਾ ਮਹਾਮਾਰੀ ਤੋਂ ਬਾਅਦ ਅਸਮਾਨੀ ਚੜੇ ਰਿਹਾਇਸ਼ੀ ਪ੍ਰਾਪਰਟੀ ਦੇ ਭਾਅ ਕਾਰਨ ਨਾ ਸਰਕਾਰ ਨੇ ਇਹ ਫੈਸਲਾ ਲਿਆ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ ਮਹਾਮਾਰੀ ਸ਼ੁਰੂ ਹੋਣ ਮਗਰੋਂ ਘਰਾਂ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਰਿਹਾਇਸ਼ੀ ਜਾਇਦਾਦਾਂ ਖਰੀਦਣ ਵਾਲੇ ਵਿਦੇਸ਼ੀਆਂ ਤੇ ਕੈਨੇਡਾ ਦੀ ਪਾਬੰਦੀ ਐਤਵਾਰ ਯਾਨੀ ਕਿ 1 ਜਨਵਰੀ ਤੋਂ ਲਾਗੂ ਹੋ ਗਈ ਹੈ ਸੀਐਨਐਨ ਬਿਜ਼ਨਸ ਨੇ ਇਹ ਜਾਣਕਾਰੀ ਦਿੱਤੀ ਹੈ ਇੱਥੇ ਗੌਰਤਲਬ ਇਹ ਹੈ ਕਿ ਇਸ ਪਾਬੰਦੀ ਦੇ ਨਾਲ ਵੱਡੀ ਗਿਣਤੀ ਚ ਭਾਰਤੀ ਪ੍ਰਭਾਵਿਤ ਹੋਣਗੇ ਭਾਰਤੀਆਂ ਦੀ ਵੱਡੀ ਵਸੋਂ ਕੈਨੇਡਾ ਚ ਰਹਿੰਦੀ ਹੈ ਪਿਛਲੇ ਸਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦੀ ਪ੍ਰਚਾਰ ਸਾਈਟ ਨੇ ਲਿਖਿਆ ਸੀਗਾ ਕਿ ਕੈਨੇਡੀਅਨ ਘਰਾਂ ਦੀ ਇੱਛਾ ਮੁਨਾਫਾ ਖੋਰ ਅਮੀਰ ਕਾਰਪੋਰੇਸ਼ਨਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ ਮਿਹਮ ਸਾਈਟ ਦੇ ਅਨੁਸਾਰ ਇਹ ਘਟ ਵਰਤੋ ਵਾਲੇ ਅਤੇ ਖਾਲੀ ਘਰਾਂ ਬੇਤਹਾਸ਼ਾ اٹਕਲਾਂ ਅਸਮਾਨੀ ਕੀਮਤਾਂ ਦੀ ਅਸਲ ਸਮੱਸਿਆ ਦੇ ਬਲ ਅਗਵਾਈ ਕਰ ਰਿਹਾ ਕਰ ਲੋਕਾਂ ਲਈ ਨਹੀਂ ਨਿਵੇਸ਼ਕਾਂ ਲਈ ਨਹੀਂ ਸੀਐਨਐਨ ਬਿਜ਼ਨਸ ਦੇ ਅਨੁਸਾਰ ਕਾਨੂੰਨ ਵਿੱਚ ਕੈਨੇਡਾ ਦੇ ਪ੍ਰਵਾਸੀਆਂ ਅਤੇ ਸਥਾਈ ਨਿਵਾਸੀਆਂ ਦੇ ਲਈ ਇੱਕ ਅਪਵਾਦ ਬਣਿਆ ਹੋਇਆ ਹੈ ਜੋ ਨਾਗਰਿਕ ਨਹੀਂ ਹਨ ਪਰ 2020 ਅਤੇ 21 ਦੇ ਵਿੱਚ ਘਰਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ 2022 ਵਿੱਚ ਉਲਟ ਗਿਆ ਸੀ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੇ ਅਨੁਸਾਰ ਕੈਨੇਡਾ ਦੇ ਵਿੱਚ ਔਸਤ ਘਰਾਂ ਦੀਆਂ ਕੀਮਤਾਂ ਫੈਬਰੂਰੀ 8 ਲੱਖ ਕੈਨੇਡੀਅਨ ਡਾਲਰ ਤੋਂ ਉੱਪਰ ਪਹੁੰਚ ਗਈਆਂ ਸਨ ਉਸ ਸਿਖਰ ਤੋਂ ਲਗਭਗ 13% ਦੀ ਗਿਰਾਵਟ ਆਈ ਹੈ ਕੈਨੇਡੀਅਨ ਬੈਂਕ ਵੀ ਕੀਮਤਾਂ ਵਿੱਚ ਵਾਧੇ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਉਹ ਵਿਆਜ ਦਰਾਂ ਵਿੱਚ ਵਾਧਾ ਕਰ ਰਹੇ ਨੇ ਰੀਅਲ ਅਸਟੇਟ ਐਸੋਸੀਏਸ਼ਨ ਨੇ ਕੈਨੇਡਾ ਜਾਣ ਦਾ ਇਰਾਦਾ ਰੱਖਣ ਵਾਲੇ ਲੋਕਾਂ ਦੇ ਲਈ ਛੋਟਾਂ ਦੇ ਨਾਲ ਕਾਨੂੰਨਾਂ ਬਾਰੇ ਚਿੰਤਾ ਜ਼ਾਹਰ ਕੀਤੀ ਇੱਕ ਬਿਆਨ ਦੇ ਵਿੱਚ ਸਮੂਹ ਨੇ ਕਿਹਾ ਕਿ ਕੈਨੇਡਾ ਨੇ ਇੱਕ ਬਹੁ ਸੱਭਿਆਚਾਰਕ ਰਾਸ਼ਟਰ ਦੇ ਵਜੋਂ ਆਪਣੀ ਸਾਖ ਬਣਾਈ ਹੈ ਉਹਨਾਂ ਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਕੈਨੇਡਾ ਦੇ ਦੁਆਰਾ ਲਗਾਈ ਪਾਬੰਦੀ ਬਦਲੇ ਦੀ ਭਾਵਨਾ ਦਾ ਸੰਕੇਤ ਹੈ ਖਾਸ ਤੌਰ ਤੇ ਰਿਟਾਇਰ ਹੋਣ ਵਾਲੇ ਕੈਨੇਡੀਅਨ ਜੋ ਸਰਦੀਆਂ ਦੇ ਦੌਰਾਨ ਘਰਾਂ ਦੀ ਤਲਾਸ਼ ਕਰ ਰਹੇ ਨੇ ਸਮੂਹ ਨੇ ਇਹ ਵੀ ਕਿਹਾ ਕਿ ਉਹ ਕਈ ਦੇਸ਼ਾਂ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਛੁੱਟੀਆਂ ਦਾ ਰਿਹਾਇਸ਼ੀ ਜਾਇਦਾਦ ਖਰੀਦ ਦੇ ਨੇ ਕੈਨੇਡੀਅਨ ਅਮਰੀਕੀ ਸੰਪਤੀ ਦੇ ਸਭ ਤੋਂ ਵੱਡੇ ਵਿਦੇਸ਼ੀ ਖਰੀਦਦਾਰ ਨੇ ਫਲੋਰੀਡਾ ਅਤੇ ਐਰੀਜ਼ੋਨਾ ਦੇ ਵਿੱਚ ਕੈਨੇਡੀਅਨਸ ਦੇ ਦੁਆਰਾ ਖਰੀਦੀਆਂ ਗਈਆਂ ਅੱਧਤ ਵੱਧ ਜਾਇਦਾਦਾਂ ਦੇ ਨਾਲ ਗਰੁੱਪ ਨੇ ਕਿਹਾ ਹੈ ਕਿ ਇੱਕ ਕੈਨੇਡੀਅਨਸ ਨੂੰ ਸਰਦੀਆਂ ਦੇ ਮਹੀਨੇ ਬਿਤਾਉਣ ਦੇ ਲਈ ਜਗ੍ਹਾ ਪ੍ਰਦਾਨ ਕਰਦੇ ਨੇ ਅਤੇ ਕੈਨੇਡੀਅਨ ਸੇਵਾ ਮੁਕਤ ਲੋਕਾਂ ਦੇ ਲਈ ਬਚਤ ਦਾ ਇੱਕ ਰੂਪ ਵੀ ਨੇ ਸੀਐਨਐਨ ਬਿਜ਼ਨਸ ਦੇ ਅਨੁਸਾਰ ਜੇ ਕੈਨੇਡਾ ਅਮਰੀਕੀਆਂ ਤੇ ਕੈਨੇਡਾ ਵਿੱਚ ਜਾਇਦਾਦ ਰੱਖਣ ਤੇ ਪਾਬੰਦੀ ਲਗਾਉਂਦਾ ਤਾਂ ਸਾਨੂੰ ਵੀ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ ਅਮਰੀਕਾ ਦੇ ਵਿੱਚ ਕੁਦਰਤ ਦਾ ਕਹਿਰ ਵਰ ਰਿਹਾ ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਿਆਨਕ ਤੂਫਾਨ ਮਗਰੋਂ ਕੈਲੀਫੋਰਨੀਆ ਦੇ ਬਧੇਰੇ ਹਿੱਸਿਆਂ 'ਚ ਭਾਰੀ ਮੀਂਹ ਪਿਆ ਤੇ ਬਰਫਬਾਰੀ ਹੋਈ ਇਸੇ ਕਾਰਨ ਆਵਾਜਾਈ ਪ੍ਰਵਾਬਤ ਹੋਈ ਤੇ ਕਈ ਰਾਜਮਾਰਗ ਬੰਦ ਹੋ ਗਏ ਜਦਕਿ ਸਿਆਰਾ ਨਿਵਾਦਾ 'ਚ 2 ਫੁੱਟ ਤੱਕ ਬਰਫ ਪੈਣ ਦੀ ਚੇਤਾਵਨੀ ਹੈ ਸੈਕਰਮੈਂਟੋ 'ਚ ਕੌਮੀ ਮੌਸਮ ਸੇਵਾ ਨੇ ਵਾਹਨ ਚਾਲਕਾਂ ਨੂੰ ਜੋਖਮ ਭਰੇ ਹਾਲਾਤ ਬਾਰੇ ਚੇਤਾਵਨੀ ਦਿੱਤੀ ਤੇ ਬਰਫ ਨਾਲ ਟਕੇ ਪਹਾੜੀ ਰਾਹਾਂ ਤੇ ਟ੍ਰੈਫਿਕ ਦੀਆਂ ਤਸਵੀਰਾਂ ਟਵਿੱਟਰ ਤੇ ਪੋਸਟ ਕੀਤੀਆਂ ਜਿੱਤੇ ਬਾਹਨਾ ਨੂੰ ਜ਼ੰਜੀਰਾ ਜੋ ਫੋਰਵਰਡ ਡਰਾਈਵ ਦੀ ਜ਼ਰੂਰਤ ਸੀ ਵਿਭਾਗ ਦੇ ਅਨੁਸਾਰ ਹੜਾਂ ਤੇ ਪਹਾੜ ਖਿਸਕਣ ਕਾਰਨ ਉੱਤਰੀ ਕੈਲੀਫੋਰਨੀਆ ਚ ਸੜਕਾਂ ਦੇ ਕੁਝ ਹਿੱਸੇ ਬੰਦ ਹੋ ਗਏ ਨੇ ਸੈਕਰਮੈਂਟੋ ਨਿਗਮ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬਿਜਲੀ ਸਪਲਾਈ ਠੱਪ ਹੋਣ ਕਾਰਨ 1,53,000 ਲੋਕ ਪ੍ਰਭਾਵਿਤ ਹੋਏ ਸੀ ਨਿਗਮ ਨੇ ਦੱਸਿਆ ਹੈ ਕਿ ਉਹਨਾਂ ਦੇ ਮੁਲਾਜ਼ਮ ਇਸ ਭਿਆਨਕ ਬਰਫ਼ੀਲੇ ਤੂਫਾਨ ਤੋਂ ਪੀੜਤ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਵੀ ਜਾਰੀ ਨੇ ਮੌਸਮ ਵਿਭਾਗ ਨੇ ਕਿਹਾ ਕਿ ਬਹੁਤ ਸਾਰੀਆਂ ਸੜਕਾਂ ਬੰਦ ਹੋ ਗਈਆਂ ਨੇ ਸੈਕਰਮੈਂਟੋ ਕਾਉਂਟੀ ਨੇ ਵਿਲਟਨ ਦੇ ਲੋਕਾਂ ਨੂੰ ਹੜ੍ਹਾਂ ਦੀ ਚੇਤਾਵਨੀ ਦਿੰਦਿਆਂ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਦੂਜੇ ਪਾਸੇ ਸan fran-sisco ਦੇ ਵਿੱਚ 5 ਇੰਚ ਤੱਕ ਮੀਂਹ ਪਿਆ ਜੋ ਨਵੰਬਰ 1994 ਤੋਂ ਬਾਅਦ ਪਿਆ ਸਭ ਤੋਂ ਵੱਧ ਮੀਂਹ ਹੈ ਵਿਭਾਗ ਨੇ ਕਿਹਾ ਕਿ ਮੀਂਹ ਲਗਾਤਾਰ ਪੈ ਰਿਹਾ ਤੇ ਤਿੰਨ ਦਹਾਕੇ ਪੁਰਾਣਾ ਮੀਂਹ ਦਾ ਰਿਕਾਰਡ ਟੁੱਟਣ ਦਾ ਖਦਸ਼ਾ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਕਿ ਹੜ੍ਹਾਂ ਕਾਰਨ US 601 ਦਾ ਸੈਕਸ਼ਨ ਬੰਦ ਕਰ ਦਿੱਤਾ ਗਿਆ ਸan fran ਕੋਦੀਆਂ ਸੜਕਾਂ ਤੇ ਚਿੱਕੜ ਵਗਦੇ ਪਾਣੀ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਨਸ਼ਰ ਹੋਈਆਂ। ਸੰਘਣੀ ਧੁੰਦ ਹੋਣ ਕਾਰਨ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਚੰਡੀਗੜ੍ਹ ਤੋਂ ਦੂਜੇ ਸੂਬਿਆਂ ਵਿੱਚ ਜਾਣ ਵਾਲੀਆਂ 6 ਘਰੇਲੂ ਫਲਾਈਟਾਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਲੇਟ ਹੋਈਆਂ। ਇਸ ਦੇ ਵਿੱਚ ਚੰਡੀਗੜ੍ਹ ਕੁਮੰਤਰੀ ਹਵਾਈ ਅੱਡੇ ਤੋਂ ਬੈਂਗਲੂਰੂ ਜਾਣ ਵਾਲੀ ਫਲਾਈਟ ਆਪਣੇ ਨਿਰਧਾਰਤ ਵਕਤ ਸਵੇਰੇ 8:25 ਦੀ ਬਜਾਈ ਦੁਪਹਿਰ 2:13 ਤੇ ਉਡਾਨ ਭਰੀ ਇਸ ਦੇ ਨਾਲ ਹੀ ਧਰਮਸ਼ਾਲਾ ਜਾਣ ਵਾਲੀ ਫਲਾਈਟ ਦੁਪਹਿਰੇ ਕਰੀਬ 11:20 ਵਾਲੀ ਫਲਾਈਟ ਵੀ 2:15 ਤੇ ਉਡਾਨ ਭਰ ਸਕੀ ਫਲਾਈਟ ਨੰਬਰ 6C242971 ਵੀ ਨਿਰਧਾਰਤ ਸਮਾਂ ਸਵੇਰੇ 7:20 ਦੀ ਥਾਂ ਦੁਪਹਿਰੇ 3:00 ਉਡਾਨ ਭਰ ਸਕੀ ਇਸ ਦੇ ਨਾਲ ਹੀ ਲਖਨਾਉਂ ਅਹਮਦਾਬਾਦ ਦਿੱਲੀ ਦੀਆਂ ਫਲਾਈਟਸ ਦੇ ਨਿਰਧਾਰਤ ਵਕਤ ਤੋਂ ਲੇਟ ਹੋ ਗਈਆਂ ਅਮਰੀਕਾ ਦੇ 90 ਸਾਲ ਦੇ ਜਸ਼ਨ ਦੇ ਦੌਰਾਨ ਨਿਊਯਾਰਕ ਦੇ ਤਿੰਨ ਪੁਲਿਸ ਅਧਿਕਾਰੀਆਂ ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ ਇਸ ਹਮਲੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਜ਼ਿਆਦਾ ਸੱਟਾਂ ਲੱਗ ਗਈਆਂ ਨੇ ਬਾਕੀ ਤਿੰਨ ਪੁਲਿਸ ਅਧਿਕਾਰੀਆਂ ਦੀ ਹਾਲਤ ਜਿਹੜੀ ਹੈ ਉਹ ਸਥਿਰ ਹੈ ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਦੇ ਮੁਤਾਬਕ ਟਾਈਮਸ ਸਕੁਅਰ ਦੇ ਕੋਲ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਰੀਪੋਰਟ ਦੇ ਮੁਤਾਬਕ ਕਮਿਸ਼ਨਰ ਕੀ ਚੰਤ ਸਵੇਲ ਨੇ ਕਿਹਾ ਕਿ ਘਟਨਾ ਸ਼ਨੀਚਰਵਾਰ ਰਾਤ 10 ਵਜੇ ਬੈਸਟ ਬਵੰਜਵੀਂ ਸਟਰੀਟ ਅਤੇ 8ਵੇਂ ਐਵੇਨਿਊ 'ਚ ਟਾਈਮਸ ਸਕੁਆਇਰ ਨਿਊ ਇਅਰ ਈਵ ਸਿਕਿਉਰਿਟੀ ਸਕਰੀਨਿੰਗ ਜ਼ੋਨ ਦੇ ਬਾਹਰ ਹੋਈ ਹੈ ਸਵੇਲ ਨੇ ਕਿਹਾ ਕਿ ਹਮਲੇ ਵਿੱਚ ਪੁਲਿਸ ਅਕੈਡਮੀ ਤੋਂ ਹਾਲੇ ਵਿੱਚ 501 ਅਧਿਕਾਰੀ ਦੀ ਖੋਪੜੀ ਦੇ ਵਿੱਚ ਫ੍ਰੈਕਚਰ ਹੋ ਗਿਆ ਅਤੇ ਉਸਦੇ ਸਿਰ ਵਿੱਚ ਵੱਡਾ ਜ਼ਖਮ ਹੋ ਗਿਆ ਕਮਿਸ਼ਨਰ ਨੇ ਕਿਹਾ ਕਿ ਇੱਕ ਹੋਰ ਅਧਿਕਾਰੀ ਨੂੰ ਵੀ ਸੱਟ ਲੱਗੀ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਾਰ ਦੀ ਉਮਰ 19 ਸਾਲ ਹੈ ਤੇ ਉਸਨੇ ਜਸ਼ਨ ਦੇ ਦੌਰਾਨ ਇੱਕ ਅਧਿਕਾਰੀ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ ਜਿਵੇਂ ਹੀ ਉਹ ਉਸਦੇ ਕੋਲ ਆਇਆ ਉਸਨੇ ਚਾਕੂ ਨਾਲ ਉਸਦੇ ਸਿਰ ਵਿੱਚ वार ਕਰ ਦਿੱਤਾ ਸ਼ੱਕੀ ਨੇ ਫਿਰ ਦੋ ਅਧਿਕਾਰੀਆਂ ਤੋਂ ਜਿਹੜਾ ਚਾਕੂ ਆ ਉਹਨਾਂ ਦੇ ਮਾਰਿਆ ਤੇ ਹਮਲਾਵਾਰ ਹੋਰ ਕਿਸੇ ਦੇ ਹਮਲਾ ਕਰਦਾ ਰਿਹਾ ਇੱਕ ਪੁਲਿਸ ਕਰਮਚਾਰੀ ਨੇ ਆਪਣੇ ਸਰਵਿਸ ਹਥਿਆਰ ਦੇ ਨਾਲ ਸ਼ੱਕੀ ਵਿਅਕਤੀ ਤੇ ਗੋਲੀ ਚਲਾਈ ਜਿਸ ਦੇ ਨਾਲ ਉਸਦੇ ਮੋਢੇ ਤੇ ਸੱਟ ਲੱਗੀ ਉਹਨਾਂ ਨੇ ਕਿਹਾ ਕਿ ਸ਼ੱਕੀ ਦਾ ਇਲਾਜ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਅਮਰੀਕਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਸ਼ਨੀਵਾਰ ਤੜਕੇ ਇੱਕ ਘਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਤਿੰਨ ਹੋਰ ਬੱਚੇ ਜ਼ਖਮੀ ਹੋਏ ਇੱਕ ਦਾਦੀ ਗੰਭੀਰ ਹਾਲਤ ਦੇ ਵਿੱਚ ਹੈ ਫਾਇਰ ਕਮਿਸ਼ਨਰ ਵਿਲੀਅਮ ਰੇਨਾਲਡੋ ਨੇ ਪੱਤਰਕਾਰਾਂ ਨੂੰ ਦੱਸਿਆ ਆ ਕਿ ਬਫੇਲੋ ਦੇ ਲਾਸਾਲੇ ਇਲਾਕੇ ਦੇ ਡਾਟ ਮਾਉਥ ਐਵੇਨਿਊ ਵਿਖੇ ਕਾਰਚ ਸਵੇਰੇ 7:30 ਵਜੇ ਅੱਗ ਲੱਗੀ ਉਹਨਾਂ ਨੇ ਦੱਸਿਆ ਕਿ ਮਰਨ ਵਾਲੀਆਂ ਤਿੰਨ ਬੱਚੀਆਂ ਦੀ ਉਮਰ 8, 9 ਅਤੇ 10 ਸਾਲ ਦੀ ਸੀ ਜਦੋਂ ਕਿ ਇੱਕ ਹੋਰ ਲੜਕੀ ਅਤੇ ਇੱਕ ਲੜਕੇ ਨੂੰ ਉਸੇ ਚਿਲਡਰਨ ਹਸਪੀਟਲ ਦੇ ਵਿੱਚ ਗੰਭੀਰ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ ਇੱਕ ਬੱਚੇ ਵਿਸਥਿਰ ਹਾਲਤ ਚ ਹੈ ਜਿਸ ਨੂੰ ਉਸਦੀ ਦਾਦੀ ਨੇ ਬਚਾਇਆ ਸੀਗਾ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਇਸ ਸਮੇਂ ਏਰੀ ਕਾਉਂਟੀ ਮੈਡੀਕਲ ਸੈਂਟਰ ਚ ਗੰਭੀਰ ਹਾਲਤ ਦੇ ਵਿੱਚ ਹਸਪੀਟਲਾਈਜ਼ਡ ਹੈ ਰੇਨਾਲਡੋ ਨੇ ਕਿਹਾ ਹੈ ਕਿ ਮ੍ਰਿਤਕ ਅਤੇ ਜ਼ਖਮੀ ਬੱਚੇ ਸਾਰੇ ਭੈਣ ਭਰਾ ਸਨ ਉਹਨਾਂ ਦੇ ਮੁਤਾਬਕ ਇਹ ਇੱਕ ਬਹੁਤ ਹੀ ਚੁਣੌਤੀਪੂਰਨ ਸਾਲ ਰਿਹਾ ਨਾ ਕੇਵਲ ਫਾਇਰ ਵਿਭਾਗ ਦੇ ਲਈ ਬਲਕਿ ਸਮੁੱਚੇ ਸ਼ਹਿਰ ਦੇ ਲਈ ਉਹਨਾਂ ਨੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਆਇਆ ਇੱਕ ਇਤਿਹਾਸਕ برفیلے ਤੂਫਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਏਰੀਆ ਤੇ ਨਿਆਗਰਾ ਕਾਉਂਟੀ ਦੇ ਵਿੱਚ ਘੱਟੋ ਘੱਟ 40 ਲੋਕ ਮਾਰੇ ਗਏ ਸੀ ਫਿਲਹਾਲ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਹੱਲੇ ਜਾਂਚ ਕਰ ਰਹੇ ਨੇ ਸੈਨ ਫ੍ਰਾਂਸਿਸਕੋ 'ਚ ਬਣੇ ਟਵਿੱਟਰ ਦੇ ਦਫ਼ਤਰ ਦਾ ਕਿਰਾਇਆ ਨਾ ਦੇਣ ਤੇ ਟਵਿੱਟਰ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਹੈ ਇਸ ਇਮਾਰਤ ਦੇ ਮਾਲਕ ਨੇ ਕਿਹਾ ਸੀਗਾ ਕਿ ਉਸਨੇ 16 ਦਸੰਬਰ ਨੂੰ ਹੀ ਮਸਕ ਨੂੰ ਦਫ਼ਤਰ ਦੇ ਕਿਰਾਏ ਤੋਂ ਮੰਦੀ ਚੇਤਾਵਨੀ ਦਿੱਤੀ ਸੀਗੀ ਕਿ ਹਾਰਟਫੂਡ ਇਮਾਰਤ ਦੀ 23 ਮੰਜ਼ਲ ਦੀ ਲੀਜ਼ 5 ਦਿਨਾਂ ਵਿੱਚ ਖਤਮ ਹੋ ਰਹੀ ਹੈ ਜੇਕਰ ਕਿਰਾਇਆ ਅਦਾ ਨਾ ਕੀਤਾ ਗਿਆ ਤਾਂ ਉਸ ਨੂੰ ਡਿਫਾਲਟ ਘੋਸ਼ਿਤ ਕਰ ਦਿੱਤਾ ਜਾਏਗਾ ਪਰ ਐਲਾਨ ਮਸਕ ਨੇ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਅਤੇ ਇਮਾਰਤ ਦੇ ਮਾਲਕ ਨੇ ਵੀਰਵਾਰ ਨੂੰ ਸੈਨ ਫ੍ਰਾਂਸਿਸਕੋ ਦੀ ਸਟੇਟ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਸੰਬੰਧੀ ਹੁਣ ਤੱਕ ਟਵਿੱਟਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਇਲਾਨ ਮਸਕ ਦੀ ਕੰਪਨੀ ਟਵਿੱਟਰ ਨੇ ਦੁਨੀਆ ਭਰ ਦੇ ਹੋਰ ਦਫ਼ਤਰਾਂ ਦਾ ਵੀ ਕਿਰਾਇਆ ਨਹੀਂ ਦਿੱਤਾ ਇਸ ਦੇ ਨਾਲ ਹੀ ਮਸਕ ਦੇ ਟਵਿੱਟਰ ਤੇ ਕਬਜ਼ਾ ਕਰਨ ਤੋਂ ਬਾਅਦ ਜਾਇਦਾਦ ਦੇ ਮਾਲਕਾਂ ਨੂੰ ਕਿਰਾਇਆ ਨਹੀਂ ਮਿਲਿਆ ਮੈਕਸੀਕੋ ਦੇ ਸਿਉਦਾਦ ਜ਼ੁਵਾਰੇਸ ਸ਼ਹਿਰ ਦੇ ਇੱਕ ਜੇਲ੍ਹ ਦੇ ਵਿੱਚ ਐਤਵਾਰ ਤੜਕੇ ਬਖਤਰਬੰਦ ਬਾਨਾਂ ਚ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ 10 ਸੁਰੱਖਿਆ ਕਰਮੀਆਂ ਤੇ 4 ਕੈਦੀਆਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਹਾਉ ਸਰਕਾਰੀ ਵਕੀਲ ਦੇ ਦਫ਼ਤਰ ਨੇ ਇੱਕ ਬਿਆਨ ਚਕਿਆ ਹੈ। ਕਿਸਵੇਰੇ 7 ਵਜੇ ਦੇ ਕਰੀਬ ਕੁਝ ਬਖਤਰਬੰਦ ਗੱਡੀਆਂ ਜੇਲ੍ਹ ਵਿੱਚ ਪਹੁੰਚੀਆਂ ਅਤੇ ਉਸ ਦੇ ਵਿੱਚ ਸਵਾਰ ਬੰਦੂਕਧਾਰੀਆਂ ਨੇ ਸੁਰੱਖਿਆ ਕਰਮਚਾਰੀਆਂ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਚ 10 ਸੁਰੱਖਿਆ ਕਰਮਚਾਰੀ ਅਤੇ 4 ਕੈਦੀ ਮਾਰੇ ਗਏ ਜਦਕਿ 13 ਹੋਰ ਸੁਰੱਖਿਆ ਕਰਮਚਾਰੀ ਅਤੇ ਘੱਟੋ ਘੱਟ 24 ਕੈਦੀ ਜ਼ਖਮੀ ਹੋ ਗਏ ਬਿਆਨ ਦੇ ਅਨੁਸਾਰ ਅਮਰੀਕਨ ਸੈਨਿਕਾ ਤੇ ਰਾਜ ਪੁਲਿਸ ਨੇ ਐਤਵਾਰ ਰਾਤ ਨੂੰ ਜੇਲ੍ਹ ਦਾ ਦੁਆਰਾ ਕੰਟਰੋਲ ਲੈ ਲਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਿਕਰ ਯੋਗ ਹੈ ਕਿ ਜ਼ੁਆਰੇਸ ਦੀ ਇਸ ਜੇਲ੍ਹ ਦੇ ਵਿੱਚ ਅਗਸਤ ਚ ਹੋਈ ਦੰਗਿਆਂ 'ਚ 11 ਲੋਕ ਮਾਰੇ ਗਏ ਸਨ। ਤਰਕਾਰੀ ਵਕੀਲ ਦੇ ਦਫਤਰ ਦੇ ਅਨੁਸਾਰ ਜੇਲ੍ਹ ਤੇ ਐਤਵਾਰ ਨੂੰ ਹੋਏ ਹਮਲੇ ਤੋਂ ਕੁਝ ਸਮਾਂ ਪਹਿਲਾਂ ਮਿਊਨਿਸਪਲ ਪੁਲਿਸ ਤੇ ਹਮਲਾ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਪਛਾਣ ਕਰਕੇ 4 ਹਮਲਾਵਾਰਾਂ ਨੂੰ ਫੜ ਲਿਆ। ਪੁਲਿਸ ਨੇ ਇਸ ਤੋਂ ਬਾਅਦ ਐਸਯੂਵੀ ਵਿੱਚ ਸਵਾਰ ਦੋ ਕਥਿਤ ਗਨਮੈਨਾਂ ਨੂੰ ਟੀਰ ਕਰ ਦਿੱਤਾ। ਕੈਨੇਡਾ 'ਚ ਸਰੀ RCMP ਨੇ ਲੋਕਾਂ ਨੂੰ ਕਰਨਵੀਰ ਕਰਚਾ ਅਤੇ ਹਰਕੀਰਤ ਝੂਟੀ ਬਾਰੇ آگਾਹ ਕਰਦਿਆਂ ਇਹਨਾਂ ਕੋਲੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਰੌਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਖਾਸ ਤੌਰ ਤੇ ਮੈਟਰੋ ਵੈਨਕੂਵਰ ਦੇ ਵਸਨੀਕਾਂ ਨੂੰ ਕਿਹਾ ਕਿ ਉਹ ਇਹਨਾਂ ਦੋਵਾਂ ਵਿਅਕਤੀਆਂ ਤੇ ਇਹਨਾਂ ਦੇ ਗਰੋ ਨਾਲ ਸੰਬੰਧਿਤ ਵਿਅਕਤੀਆਂ ਤੋਂ ਦੂਰ ਰਹਿਣ ਕਿਉਂਕਿ ਇਸ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਕੈਨੇਡਾ ਦੇ ਹਮਿਲਟਨ ਦੇ ਇੱਕ ਘਰ 'ਚ ਭਿਆਨਕ ਅੱਗ ਲੱਗੀ ਜਿਸ ਕਾਰਨ ਦੋ ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਰਾਤ ਨੂੰ ਲਗਭਗ 11 ਵਜੇ ਇਹ ਘਟਨਾ ਵਾਪਰੀ ਜਿਸ ਤੇ ਫਾਇਰ ਫਾਈਟਰਸ ਨੂੰ ਸੂਚਨਾ ਦਿੱਤੀ ਗਈ ਉਹਨਾਂ ਦੀ ਟੀਮ ਤੁਰੰਤ ਮੌਕੇ ਤੇ ਪਹੁੰਚ ਗਈ ਤੇ ਉਸਨੇ ਫੌਰੀ ਤੌਰ ਉਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਵਿੱਚ ਕਾਫੀ ਸਮਾਂ ਲੱਗਿਆ ਫਾਇਰ ਅਧਿਕਾਰੀਆਂ ਦੇ ਵੱਲੋਂ ਇੱਕ ਬਿਆਨ ਛਾਕਿਆ ਗਿਆ ਕਿ ਦੂਜੀ ਮੰਜ਼ਲ ਉੱਤੇ ਲੋਕਾਂ ਨੂੰ ਬਚਾਉਣ ਦੇ ਲਈ ਜਾਂਦੇ ਸਮੇਂ 크ਯੋਨ ਉਪਾਰੀ ਧੂਏ ਤੇ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਿਆ ਚੀਨ ਵਿੱਚ ਕਰੋਨਾ ਕੇਸਾਂ 'ਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਔਰ ਇਸ ਵਾਧੇ ਕਾਰਨ ਕੈਨੇਡਾ ਭਾਰਤ ਤੇ ਆਸਟ੍ਰੇਲੀਆ ਸਣੇ ਕਈ ਮੁਲਕ ਜਿਹੜੇ ਨੇ ਉਹ ਚੌਕਸ ਹੋ ਗਏ ਨੇ ਇਸ ਦੇ ਚਲਦਿਆਂ ਇਹਨਾਂ ਦੇਸ਼ਾਂ ਨੇ ਹੁਣ ਚੀਨ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਵਾਰ-ਵਾਰ ਜਨਤਾ ਨੂੰ ਇਸ ਬਾਰੇ ਸੂਚਿਤ ਵੀ ਕੀਤਾ ਜਾ ਰਿਹਾ ਹਾ ਨਵੇਂ ਦਿਨ ਰੇਸ਼ਾਂ ਦੇ ਮੁਤਾਬਕ ਕਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣ ਵਾਲੀ ਯਾਤਰੀ ਹੀ ਕੈਨੇਡਾ ਦੇ ਭਾਰਤ ਦਾ ਜਹਾਜ਼ ਚੜ੍ਹ ਸਕਦੇ ਨੇ ਕੈਨੇਡਾ ਨੇ ਫਲਾਈਟ ਤੋਂ 2 ਦਿਨ ਪੁਰਾਣੀ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ ਇਸ ਤੋਂ ਭਾਰਤ ਚੀਨ ਸਣੇ 6 ਮੁਲਕਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਤੇ ਅੱਜ ਤੋਂ ਕਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋ ਗਈ ਆ ਨਵੇਂ ਸਾਲ ਦੀ ਸ਼ੁਰੂਆਤ ਵੀ ਸੰਘਣੀ ਧੁੰਦ ਅਤੇ ਸੀਤ ਲਹਿਰ ਨਾਲ ਹੋਈ ਅਤੇ ਐਤਵਾਰ ਸ਼ਾਮ 7 ਵਜੇ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਜਿਸ ਕਾਰਨ ਵਿਜ਼ਿਬਿਲਟੀ ਜ਼ੀਰੋ ਹੋ ਗਈ ਜਿਸ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੌਸਮ ਵਿਭਾਗ ਦੇ ਮੁਤਾਬਕ ਜਨਵਰੀ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਾਫੀ ਠੰਡਾ ਰਹੇਗਾ ਤਾਪਮਾਨ ਦੇ ਵਿੱਚ ਮਾਮੂਲੀ ਗਿਰਾਵਟ ਹਰ ਰੋਜ਼ ਦਰਜ ਕੀਤੀ ਜਾ ਸਕਦੀ ਹੈ ਪਿਛਲੇ ਸਾਲ ਜਨਵਰੀ ਦੇ ਵਿੱਚ ਸ਼ਾਮ ਨੂੰ ਵੱਜ ਤੋਂ ਬਾਅਦ ਤਾਪਮਾਨ 1°C ਅਤੇ ਘੱਟੋ ਘੱਟ ਤਾਪਮਾਨ 18°C ਦੇ ਆਸ-ਪਾਸ ਸੀ ਇਸ ਸਾਲ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਤਾਪਮਾਨ ਦੇ ਵਿੱਚ 2 ਤੋਂ 3°C ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਬਾਜ਼ਾਰਾਂ ਦੇ ਵਿੱਚ ਭਾਰੀ ਰੌਣਕ ਦੀ ਸੀ ਹੈ ਨਵੇਂ ਸਾਲ ਦੇ ਪਹਿਲੇ ਦਿਨ ਜਿੱਥੇ ਸ਼ਹਿਰ ਵਾਸੀਆਂ ਨੇ ਛੁੱਟੀ ਦਾ ਆਨੰਦ ਮਾਣਿਆ ਸੀਗਾ ਉੱਥੇ ਸੰਡੇ ਬਾਜ਼ਾਰ ਦੇ ਵਿੱਚ ਗਰਮ ਕੱਪੜਿਆਂ ਦੀ ਲੋਕਾਂ ਨੇ ਬਹੁਤ ਖਰੀਦਦਾਰੀ ਕੀਤੀ ਮੌਸਮ ਵਿਭਾਗ ਦੇ ਅਨੁਸਾਰ ਫਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਦਿਨ ਵੇਲੇ ਅੰਸ਼ਕਤ ਤੇ ਬਦਲਵਾਈ ਰਹਿਣ ਦੀ ਸੰਭਾਵਨਾ ਹੈ ਸਵੇਰੇ ਅਤੇ ਸ਼ਾਮ ਨੂੰ ਠੀਤ ਲਹਿਰ ਰਹੇਗੀ ਜਿਸ ਕਾਰਨ ਠੰਡ ਵਧੇਗੀ ਭਵਿਕ ਵਿੱਚ ਵੀ ਧੁੰਦ ਇੰਨੀ ਸੰਘਣੀ ਹੋਏਗੀ ਕਿ 2 ਮੀਟਰ ਦੀ ਦੂਰੀ ਤੇ ਕੁਝ ਨਜ਼ਰ ਨਹੀਂ ਆਏਗਾ ਜ਼ੀਰੋ ਵਿਜ਼ਿਬਿਲਟੀ ਦੇ ਵਿੱਚ ਡਰਾਈਵਰਾਂ ਨੂੰ ਆਰਾਮ ਦੇ ਨਾਲ ਚੱਲਣਾ ਪੈਣਾ ਹੈ ਲੋੜ ਪੈਣ ਤੇ ਘਰੋਂ ਬਾਹਰ ਹੀ ਆਉਣਾ ਚਾਹੀਦਾ ਹੈ ਨਹੀਂ ਤਾਂ ਘਰੋਂ ਬਾਹਰ ਨਾ Niklo ਪਿਛਲੇ ਕੁਝ ਮਹੀਨਿਆਂ ਤੋਂ ਸ਼ਹਿਰ ਦਾ 에ਅਰ ਕੁਆਲਿਟੀ ਇੰਡੈਕਸ ਸੁਧਰਨ ਦਾ ਨਾਮ ਨਹੀਂ ਲੈ ਰਿਹਾ ਐਤਵਾਰ ਨੂੰ ਦਿਨ ਵੇਲੇ 196 एएमक्यू ਨੋਟ ਕੀਤਾ ਮਾਇਰਾ ਦਾ ਕਹਿਣਾ ਕਿ ਜਦੋਂ ਤੱਕ ਸੰਗਣੀ ਧੁੰਦ ਦੀ ਚਾਦਰ ਹਟੇ ਢੁੱਰਦੇ ਕਣ ਪੂਰੀ ਤਰ੍ਹਾਂ ਸੈਟਲ ਨਹੀਂ ਹੋ ਜਾਂਦੇ ਉਦੋਂ ਤੱਕ ਹਵਾ ਗੁਣਵੱਤਾ ਸੂਚਾਂਚੇ ਸੁਧਾਰ ਨਹੀਂ ਹੋਏਗਾ ਜੋ ਸਰੀਰਿਕ ਤੌਰ ਤੇ ਕਿਸੇ ਦੇ ਲਈ ਵੀ ਠੀਕ ਨਹੀਂ ਹੈ 31 ਦਸੰਬਰ ਨੂੰ ਕੈਨੇਡੀਅਨ ਰੈਪਰ ਡ੍ਰੇਕ ਨੇ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਪੁਸ਼ਟੀ ਕੀਤੀ ਕਿ ਜੁਲਾਈ ਚ ਉਸਦੀ ਸਵੈਡਿਸ਼ ਪੁਲਿਸ ਦੇ ਨਾਲ ਪਹਟ ਦੌੜ ਹੋਈ ਸੀ। ਟ੍ਰੈਕਟ ਦੀ ਟੀਮ ਨੇ ਪਹਿਲਾਂ ਰੈਪਰ ਦੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਜਦੋਂ ਅਫਵਾਹਾਂ ਪਹਿਲੀ ਵਾਰ 13 ਜੁਲਾਈ 2022 ਦੇ ਆਲੇ ਦੁਆਲੇ ਸਾਹਮਣੇ ਆਈਆਂ। ਰੈਪਰ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਤਸਵੀਰਾਂ ਤੇ ਵੀਡੀਓਜ਼ ਦੀ ਇੱਕ ਲੜੀ ਪੋਸਟ ਕੀਤੀ। ਦੂਜੀ ਸਲਾਈਡ ਵਿੱਚ ਉਸਨੇ ਸਵੈਡਿਸ਼ ਪੁਲਿਸ ਵੱਲੋਂ ਆਪਣੇ ਆਪ ਨੂੰ ਫੜੇ ਜਾਣ ਦੀ ਫੁਟੇਜ ਸਾਂਝੀ ਕੀਤੀ। ਸੋਸ਼ਲ ਮੀਡੀਆ ਤੇ ਇਹ ਖਬਰ ਜੰਗ ਗਈ ਜਦੋਂ ਕੈਨੇਡੀਅਨ ਹਿਪ ਹੌਪ ਕਲਾਕਾਰ ਜੁਲਾਈ ਦੇ ਵਿੱਚ ਯੂਰਪ ਦਾ ਦੌਰਾ ਕਰ ਰਿਹਾ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਈ ਰਿਪੋਰਟਸ ਨੇ ਦੱਸਿਆ ਕਿ ਰੈਪਰ ਨੂੰ 스ਵੇਡਨ ਦੇ ਵਿੱਚ ਸਥਾਨਕ ਪੁਲਿਸ ਦੇ ਵੱਲੋਂ ਇੱਕ 스ਵੇਡਿਸ਼ ਨਾਈਟ ਕਲੱਬ ਦੇ ਵਿੱਚ ਪਾਰਟੀ ਕਰਦੇ ਸਮੇਂ ਪੰਗ ਲੈ ਜਾਣ ਦੇ ਦੋਸ਼ ਵਿੱਚ ਫੜਿਆ ਗਿਆ ਜਦੋਂ ਰੈਪਰ ਦੀ ਕਿਤਤ ਗ੍ਰਿਫਤਾਰੀ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਘੁੰਮਣ ਲੱਗੀਆਂ ਤਾਂ ਕਈ ਪ੍ਰਮੁੱਖ ਅਮਰੀਕੀ ਨਿਊਜ਼ ਆਊਟਲੈਟਸ ਨੇ ਇਸ ਖਬਰ ਨੂੰ ਚੁੱਕਿਆ। ਉਹਨਾਂ ਨੇ ਦੱਸਿਆ ਕਿ ਡ੍ਰੇਕ ਤੇ ਉਸਦੀ ਸੁਰੱਖਿਆ ਟੀਮ ਦੇ ਕੁਝ ਹੋਰ ਲੋਕ ਸੈਜਨ ਦੀ ਰਾਸ਼ਤਾਨੀ ਸਟਾਕਹੋਮ 'ਚ ਇੱਕ ਨਾਈਟ ਕਲੱਬ 'ਚ ਪੰਗ ਪਿੰਦੇ ਫੜੇ ਗਏ ਸੀ। ਰਿਪੋਰਟ ਦੇ ਮੁਤਾਬਕ ਰੈਪਰ ਤੇ ਉਸਦੇ ਸਾਥੀਆਂ ਨੂੰ ਸਥਾਨਕ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀਗਾ ਤੇ ਜ਼ਮਾਨਤ ਤੋਂ ਪਹਿਲਾਂ ਉਹਨਾਂ ਨੇ ਕਥਿਤ ਤੌਰ ਤੇ ਇੱਕ ਰਾਤ ਜੇਲ੍ਹ 'ਚ ਬਿਤਾਈ ਸੀ। ਦੁਨੀਆ ਭਰ ਦੇ ਦੇਸ਼ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਨੇ ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਦੁਪਹਿਰ 2:30 ਵਜੇ 2023 ਦਾ ਪਹਿਲਾ ਮਿਜ਼ਾਈਲ ਪ੍ਰੀਖਣ ਕੀਤਾ ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਦੇ ਅਨੁਸਾਰ ਉੱਤਰੀ ਕੋਰੀਆ ਨੇ ਰਾਜਧਾਨੀ ਪਿਯੋਂਗਾਂਗ ਤੋਂ ਇੱਕ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਜੋ 400 ਕਿਲੋਮੀਟਰ ਦੂਰ ਜਾ ਕੇ ਟਿਗੀ ਇਸ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਦੱਖਣੀ ਕੋਰੀਆ ਅਤੇ ਜਾਪਾਨ ਨੇ ਸਖਤ ਵਿਰੋਧ ਦਰਜ ਕਰਵਾਇਆ ਇਸ ਤੋਂ ਪਹਿਲਾਂ 31 ਦਸੰਬਰ ਦੀ ਸ਼ਾਮ ਨੂੰ ਤਾਣਾ ਸ਼ਾਹਾ ਕਿਮ ਨੇ ਕਿਹਾ ਸੀਗਾ ਕਿ ਉੱਤਰੀ ਕੋਰੀਆ ਨੂੰ ਆਉਣ ਵਾਲੇ ਸਾਲ 'ਚ ਵੱਡੇ ਪੱਧਰ ਤੇ ਪਰਮਾਣੂ ਹਥਿਆਰਾਂ ਦਾ ਉਤਪਾਦਨ ਕਰਨਾ ਚਾਹੀਦਾ ਹੈ ਸੀਐਨਐਨ ਦੀ ਰਿਪੋਰਟ ਦੇ ਅਨੁਸਾਰ ਉੱਤਰੀ ਕੋਰੀਆ 'ਚ 2022 ਦੀ ਸਮਿਖਿਆ ਦੇ ਲਈ 6 ਦਿਨ ਦਾ ਸੈਸ਼ਨ ਆਯੋਜਿਤ ਕੀਤਾ ਗਿਆ ਕਿ ਇਸ ਦੇ ਆਖਰੀ ਦਿਨ ਬੋਲ ਰਹੇ ਸੀ ਉਹਨਾਂ ਨੇ ਇੱਕ ਨਵੀਂ ਇੰਟਰਕਨੈਕਟਡ ਨਾਲ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰਨ ਦੀ ਗੱਲ ਵੀ ਕੀਤੀ ਸੀ ਤਾਂ ਕਿ ਉੱਤਰੀ ਕੋਰੀਆ ਹਮਲਿਆਂ ਦੀ ਜਲਦੀ ਜਵਾਬ ਦੇ ਸਕੇ ਉੱਤਰੀ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਣ ਪਿੱਛੇ ਅਮਰੀਕਾ ਦੱਖਣੀ ਕੋਰੀਆ ਦੀ ਧਮਕੀ ਦਾ ਹਵਾਲਾ ਦਿੱਤਾ ਤਾਨਾਸ਼ਾ ਕਿਮਨੇ ਨੇ ਕਿਹਾ ਕਿ ਦੁਸ਼ਮਣ ਦੇਸ਼ ਦੱਖਣੀ ਕੋਰੀਆ ਤੇ ਉਸਦੇ ਸਹਿਯੋਗੀ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਹੋਰ ਹਥਿਆਰ ਰੱਖਣ ਲਈ ਮਜਬੂਰ ਕੀਤਾ ਉੱਤਰੀ ਕੋਰੀਆ ਨੇ 2022 ਦੇ ਆਖਰੀ ਦਿਨ 31 ਦਸੰਬਰ ਨੂੰ ਵੀ ਮਿਜ਼ਾਈਲ ਪ੍ਰੀਖਣ ਕੀਤਾ ਸੀ ਉਸਨੇ 3 ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ 2022 ਦੇ ਵਿੱਚ ਉੱਤਰੀ ਕੋਰੀਆ ਨੇ ਸਭ ਤੋਂ ਵੱਧ 37 ਵਾਰ ਮਿਜ਼ਾਈਲ ਪਰਖਣ ਕੀਤੇ 2017 ਤੋਂ ਬਾਅਦ ਪਹਿਲੀ ਵਾਰ ਇੰਟਰਕੰਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪਰਖਣ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਕਿ ਪੂਰਾ ਅਮਰੀਕਾ ਇਸ ਮਿਜ਼ਾਈਲ ਦੇ ਦਾਰੇ ਚਾਹੁੰਦਾ ਹੈ ਚੀਨ 'ਚ ਕਰੋਨਾ ਕਾਰਨ ਸਥਿਤੀ ਬੇਕਾਬੂ ਹੋ ਗਈ ਹੈ ਇਸ ਦੌਰਾਨ ਚੀਨੀ ਖਿਊਨਿਸਟ ਪਾਰਟੀ ਤੇ ਨਜ਼ਰ ਰੱਖਣ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਜੈਨੀਫਰ ਜ਼ਿੰਗ ਨੇ ਸੋਸ਼ਲ ਮੀਡੀਆ ਤੇ ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ ਇਸ ਵਿੱਚ ਇੱਕ ਵਿਅਕਤੀ ਨੂੰ ਇਮਾਰਤ ਦੀ ਛੱਤ ਤੋਂ ਖੁਦਕੁਸ਼ੀ ਕਰਦੇ ਦੇਖਿਆ ਜਾ ਸਕਦਾ ਰੇਂਗ ਦਾ ਦਾਵਾ ਹੈ ਕਿ ਚੀਨ ਵਿੱਚ ਲੋਕ ਕਰੋਨਾ ਕਾਰਨ ਖੁਦਕੁਸ਼ੀ ਕਰ ਰਹੇ ਨੇ ਤਾਮਿਲਨਾਡੂ ਦੇ ਰਹਿਣ ਵਾਲੇ ਅਬਦੁਲ ਸ਼ੇਖ ਦੀ ਚੀਨ ਵਿੱਚ ਮੌਤ ਹੋ ਗਈ ਔਰ ਉਸਦੀ ਉਮਰ 22 ਸਾਲ ਸੀ ਮੌਤ ਦਾ ਕਾਰਨ ਕੋਈ ਨਾ ਕੋਈ ਬਿਮਾਰੀ ਦੱਸਿਆ ਜਾ ਰਿਹਾ ਹਾਲਾਂਕਿ ਬਿਮਾਰੀ ਦਾ ਨਾਮ ਸਪਸ਼ਟ ਤੌਰ ਤੇ ਨਹੀਂ ਲਿਆ ਗਿਆ ਪਰਿਵਾਰ ਨੇ ਅਬਦੁਲ ਦੀ ਲਾਸ਼ ਨੂੰ ਵਾਪਸ ਲਿਆਉਣ ਦੇ ਲਈ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਅਬਦੁਲ ਪਿਛਲੇ 5 ਸਾਲਾਂ ਤੋਂ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਉਹ 11 ਦਸੰਬਰ ਨੂੰ ਭਾਰਤ ਆਇਆ ਸੀ ਪਰ ਆਪਣੇ ਇੰਟਰਨਸ਼ਿਪ ਦੇ ਲਈ ਚੀਨ ਕੀ ਕੀ ਹਾਰ ਵਾਪਸ ਚਲਾ ਗਿਆ ਇੰਡੀਆ ਟੂਡੇ ਦੇ ਅਨੁਸਾਰ ਅਬਦੁੱਲ ਨੇ ਉੱਥੇ 8 ਦਿਨਾਂ ਦੀ ਆਈਸੋਲੇਸ਼ਨ ਪੀਰੀਅਡ ਵੀ ਪੂਰੀ ਕੀਤੀ ਸੀ ਬਿਮਾਰ ਹੋਣ ਤੋਂ ਬਾਅਦ ਅਬਦੁੱਲ ਨੂੰ ਆਈਸੀਯੂ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ 631 ਭਾਰਤੀ ਮਸ਼ੇਰੀਆਂ ਨੂੰ ਰਹਾਅ ਕਰਕੇ ਭਾਰਤ ਵਾਪਸ ਭੇਜੇ ਇਸ ਤੋਂ ਇਲਾਵਾ ਸਜ਼ਾ ਪੂਰੀ ਕਰ ਚੁੱਕੇ ਦੋ ਹੋਰ ਕੈਦੀਆਂ ਨੂੰ ਵੀ ਭਾਰਤ ਵਾਪਸ ਭੇਜਿਆ ਜਾਵੇ ਕਿਉਂਕਿ ਉਹਨਾਂ ਦੀ ਨਾਗਰਿਕਤਾ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਇਸਲਾਮਾਬਾਦ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਾਕੀ 30 ਮਸ਼ੇਰੀਆਂ ਤੇ ਬਾਈ ਨਾਗਰਿਕ ਕੈਦੀਆਂ ਤੱਕ ਤੁਰੰਤ ਫਰਾਤੀ ਪਹੁੰਚ ਵੀ ਦੇਵੇ ਵਿਦੇਸ਼ ਮੰਤਰਾਲਾ ਦੇ ਮੁਤਾਬਕ ਇਹਨਾਂ ਦੀ ਨਾਗਰਿਕਤਾ ਦੀ ਹਾਲੇ ਪੁਸ਼ਟੀ ਨਹੀਂ ਹੋਈ ਪਰ ਇਹਨਾਂ ਦੇ ਭਾਰਤੀ ਹੋਣ ਦੀ ਸੰਭਾਵਨਾ ਹੈ ਜ਼ਿਕਰਯੋਗ ਹੈ ਕਿ ਪਹਿਲੀ ਜਨਵਰੀ ਨੂੰ ਦੋਵੇਂ ਮੁਲਕ ਆਪਣੇ ਨਾਗਰਿਕ ਕੈਦੀਆਂ ਤੇ ਗ੍ਰਿਫਤਾਰ ਮਸ਼ੇਰਿਆਂ ਦੀ ਸੂਚੀ ਸਾਂਝੀ ਕਰਦੇ ਨੇ ਇਸ ਤੋਂ ਇਲਾਵਾ ਪਹਿਲੀ ਜੁਲਾਈ ਨੂੰ ਅჯਿਹਾ ਕੀਤਾ ਜਾਂਦਾ ਹੈ ਮਤਲਬ ਕਿ ਜਨਵਰੀ ਐਂਡ ਜੁਲਾਈ ਦੋਨਾਂ ਚ ਕੀਤਾ ਜਾਂਦਾ ਹੈ ਇਸ ਬਾਰੇ 2008 ਦੇ ਵਿੱਚ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਸੀ ਭਾਰਤੀ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਨੂੰ ਇਹਨਾਂ ਸਾਰੇ ਕੈਦੀਆਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਵੀ ਪਾਕਿਸਤਾਨ ਦੇ ਨਾਲ 339 ਪਾਕਿਸਤਾਨੀ ਨਾਗਰਿਕਾਂ ਕੈਦੀਆਂ ਤੇ 95 ਪਾਕਿਸਤਾਨੀ ਮਸ਼ੇਰੀਆਂ ਦੀ ਸੂਚੀ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਪਾਕਿਸਤਾਨ ਨੇ ਭਾਰਤ ਦੇ ਨਾਲ 51 ਨਾਗਰਿਕ ਕੈਦੀਆਂ ਤੇ 654 ਮਸ਼ੇਰੀਆਂ ਦੀ ਸੂਚੀ ਸਾਂਝੀ ਕੀਤੀ ਹੈ ਜੋ ਉਹਨਾਂ ਦੀ ਹਿਰਾਸਤ ਵਿੱਚ ਨੇ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਇਸ ਸੰਦਰਭ ਦੇ ਵਿੱਚ ਪਾਕਿਸਤਾਨ ਨੂੰ ਭਾਰਤ ਦੇ ਉਹਨਾਂ 631 ਮਸ਼ੇਰਿਆਂ ਤੇ ਦੋ ਨਾਗਰਿਕ ਕੈਦੀਆਂ ਦੀ ਰਿਹਾਈ ਤੇ ਵਤਨ ਵਾਪਸੀ ਦੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਕਿਹਾ ਸੀ ਟਵਿੱਟਰ ਨੇ 26 ਅਕਤੂਬਰ ਤੋਂ 25 ਨਵੰਬਰ ਤੱਕ ਭਾਰਤ ਦੇ ਵਿੱਚ ਕੁੱਲ 48624 ਅਕਾਊਂਟ ਬੰਦ ਕੀਤੇ ਨੇ ਇਹਨਾਂ ਦੇ ਵਿੱਚੋਂ 45000 ਤੋਂ ਵੱਧ ਅਕਾਊਂਟ ਅਜਿਹੇ ਨੇ ਜੋ ਬੱਚਿਆਂ ਦੇ ਨਾਲ ਜਿਨਸੀ ਦੁਰਵਿਵਹਾਰ ਤੇ ਬਿਨਾਂ ਸਹਿਮਤੀ ਤੋਂ ਅਸ਼ਲੀਲਤਾ ਦਿਖਾ ਰਹੇ ਸੀ ਮਾਸਕ ਦੀ ਅਗਵਾਈ ਦੇ ਵਿੱਚ ਟਵਿੱਟਰ ਨੇ 3000 ਅਕਾਊਂਟ ਅਜੇਹੇ ਬੰਦ ਕੀਤੇ ਨੇ ਜੋ ਮੁਲਕ ਦੇ ਵਿੱਚ ਅੱਤਵਾਦ ਦਾ ਪ੍ਰਚਾਰ ਕਰ ਰਹੇ ਸੀ ਨਵੇਂ ਆਈਟੀ ਨਿਯਮਾਂ ਦੇ ਤਹਿਤ ਟਵਿੱਟਰ ਨੇ ਹਾਲ ਹੀ ਵਿੱਚ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਟਵਿੱਟਰ ਨੇ ਕਿ ਆ ਉਹਨਾਂ ਨੂੰ ਇਸ ਸਮੇਂ ਦੌਰਾਨ ਭਾਰਤ ਵਿੱਚ ਵਰਤੋਕਾਰਾਂ ਤੋਂ 755 ਸ਼ਿਕਾਇਤਾਂ ਮਿਲੀਆਂ ਇਹਨਾਂ ਵਿੱਚੋਂ 121 ਉੱਤੇ ਕਾਰਵਾਈ ਕੀਤੀ ਗਈ ਕਈ ਅਕਾਊਂਟ ਵਿਅਕਤੀਗਤ ਸ਼ਿਕਾਇਤਾਂ ਤੇ ਕਈ ਅਦਾਲਤੀ ਹੁਕਮਾਂ ਉੱਤੇ ਬੰਦ ਕੀਤੇ ਗਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਤੋਂ ਧਮਾਕੇ ਦੀ ਖਬਰ ਆਈ ਇੱਕ ਫੌਜੀ ਹਵਾਈ ਅੱਡੇ ਤੇ ਐਤਵਾਰ ਨੂੰ ਧਮਾਕਾ ਹੋਇਆ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਜਦੋਂ ਤੱਕ ਖਬਰ ਲਿਖੀ ਗਈ ਸੀ ਉਦੋਂ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਸੀ ਇਸ ਦੇ ਨਾਲੇ 8 ਲੋਕ ਜ਼ਖਮੀ ਹੋਏ ਨੇ ਇਹ ਜਾਣਕਾਰੀ ਤਾਲਿਬਾਨ ਦੇ ਬੁਲਾਰੇ ਅਬਦੁਲ ਨਫੀ ਤਕੂਰ ਵੱਲੋਂ ਸਾਂਝੀ ਕੀਤੀ ਗਈ ਹੈ ਅਬਦੁਲ ਨਫੀ ਤਕੂਰ ਨੇ tMapaqa ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ tmapaqa ਸਵੇਰੇ ਕਾਬੁਲ ਮਿਲਟਰੀ 에ਰਪੋਰਟ ਤੇ ਹੋਇਆ ਉਹਨਾਂ ਨੇ ਦੱਸਿਆ ਕਿ 3 ਦਿਨ ਪਹਿਲਾਂ 29 ਦਸੰਬਰ ਨੂੰ ਵੀ ਅਫਗਾਨਿਸਤਾਨ ਦੇ ਤਾਲੂਕ ਖਾਨਾ ਸੁਬੇਜੇ tmapaqa ਹੋਇਆ ਸੀ ਜਿਸ ਵਿੱਚ 4 ਲੋਕ ਜ਼ਖਮੀ ਹੋਏ ਤਾਂ ਮੀਡੀਆ ਰਿਪੋਰਟ ਦੇ ਅਨੁਸਾਰ tmapaqa ਉਦੋਂ ਹੋਇਆ ਤੋ ਇੱਕ ਸਰਕਾਰੀ ਦਫਤਰ ਦੇ ਕਰਮਚਾਰੀ ਦੇ ਡੈਸਕ ਦੇ ਹੇਠਾਂ ਰੱਖਿਆ ਬੰਬ ਫਟ ਗਿਆ ਇਸ ਤੋਂ ਪਹਿਲਾਂ 26 ਦਸੰਬਰ ਨੂੰ ਬਦਖਾਨ ਸੂਬੇ ਵਿੱਚ ਵੀ ਇਹ ਤਮਾਕਾ ਹੋਇਆ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ ਆਸਟ੍ਰੇਲੀਆ ਦੇ ਵਿੱਚ ਤੇ ਸੋਮਵਾਰ ਨੂੰ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਇਸ ਹਾਦਸੇ ਵਿੱਚ ਇੱਕ ਜਹਾਜ਼ ਸਵਾਰ ਯਾਤਰੀ ਜ਼ਖਮੀ ਹੋ ਗਿਆ ਜਦਕਿ ਦੂਜਾ ਹੈਲੀਕਾਪਟਰ ਕੁਈਨਜ਼ਲੈਂਡ ਰਾਜ ਵਿੱਚ ਬ੍ਰਿਸਬੇਨ ਤੋਂ ਲਗਭਗ 45 ਮੀਲ ਦੱਖਣ ਵਿੱਚ 골ਡ ਕੋਸਟ ਦੇ ਇੱਕ ਉੱਤਰੀ ਵਿੱਚ ਮੇਨ ਵਿੱਚ ਨੇੜੇ ਟੱਕਰ ਤੋਂ ਬਾਅਦ ਉਹ ਸੁਰੱਖਿਅਤ ਉਤਰਨ ਚ ਕਾਮਯਾਬ ਰਿਹਾ ਅਧਿਕਾਰੀਆਂ ਨੇ ਸਿਵਰ ਅਲਰਟ ਡਰਾਈਵ ਨੂੰ ਬੰਦ ਕਰ ਦਿੱਤਾ ਜੋ ਕ੍ਰੈਸ਼ ਸਾਈਟ ਵੱਲ ਜਾਂਦਾ ਹੈ ਸਿਵਰ ਅਲਰਟ ਥੀਮ ਪਾਰਕ ਨੇੜੇ ਹੈ ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਨੇ ਕਹਿ ਕਿ ਪੈਰਾਮੈਡਿਕਸ ਅਤੇ ਪੁਲਿਸ ਮੌਕੇ ਤੇ ਮੌਜੂਦ ਨੇ 골ਡ ਕੋਸਟ ਖੇਤਰ ਦੇਸ਼ ਦੇ ਸਭ ਤੋਂ ਪ੍ਰਸਿੱਧ ਸੈਰ ਸਪਾਟਾ ਸਥਾਨਾਂ ਚੋਂ ਇੱਕ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਜਨਵਰੀ ਮਹੀਨੇ ਛੁੱਟੀਆਂ ਦਾ ਸਿਖਰ ਸਮਾ ਹੁੰਦਾ ਹੈ ਅਤੇ ਇਸ ਦੌਰਾਨ ਵਿੱਚ ਸਭ ਤੋਂ ਵੱਧ ਵਿਅਸਤ ਸਥਾਨ ਹੁੰਦੇ ਨੇ। ਲਿਬਨਾਨ ਦੀ ਫੌਜ ਨੇ ਕਿਹਾ ਕਿ ਉਸਨੇ 232 ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ। ਫੌਜ ਦੇ ਮੁਤਾਬਕ ਉਸਨੇ ਸਲਾਤਾ ਸ਼ਹਿਰ ਦੇ ਤੱਟ ਤੇ ਡੁੱਬੇ ਸਮੁੰਦਰੀ ਜਹਾਜ਼ ਚੋਂ 232 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਲਈ ਲਿਬਨਾਨ ਵਿੱਚ ਸੰਯੁਕਤ ਰਾਸ਼ਟਰ ਅੰਤਰਿੰਮ ਫੋਰਸ ਦੇ ਸਹਿਯੋਗ ਨਾਲ ਇੱਕ ਬਚਾਅ ਮਿਹਮ ਚਲਾਈ ਫੌਜ ਨੇ ਕਿਹਾ ਕਿ ਨੇਬਲ ਬਲਾ ਨੇ UNIFIL ਦੇ ਸਹਿਯੋਗ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਉਣ ਦੇ ਲਈ ਇੱਕ ਅਭਿਆਨ ਪੂਰਾ ਕਰ ਲਿਆ ਜੋ ਸਲਾਤਾ ਦੇ ਤੱਟ ਤੇ ਇੱਕ ਸਮੁੰਦਰੀ ਜਹਾਜ਼ ਤੇ ਸਨ ਉਹਨਾਂ ਦੀ ਗਿਣਤੀ 232 ਹੈ ਅਤੇ ਉਹਨਾਂ ਨੂੰ ਤ੍ਰਿਪੋਲੀ ਦੀ ਬੰਦਰਗਾਹ ਤੇ ਕੱਢਿਆ ਜਾ ਰਿਹਾ ਬਿਆਨ ਦੇ ਮੁਤਾਬਕ ਜਹਾਜ਼ ਦੇ ਡੁੱਬਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਮੁਰੱਕੇ ਨੇ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਬਿਆਨ ਚਕਿਆ ਹੈ ਕਿ ਚੀਨ ਚ ਕਰੋਨਾ ਦੇ ਨਾਲ ਸੰਬੰਧਿਤ ਸਿਹਤ ਸਥਿਤੀ ਅਤੇ ਚੀਨ ਦੇ ਲੋਕਾਂ ਨਾਲ ਨਿਯਮਤ ਤੌਰ ਤੇ ਸਿੱਧੇ ਸੰਪਰਕ ਤੇ ਮੱਦੇ ਨਜ਼ਰ ਮੁਰੱਕੋ ਦੇ ਵਿੱਚ ਕਰੋਨਾ ਦੀ ਨਵੀਂ ਲਹਿਰ ਤੋਂ ਬਚਾਅ ਕਰਨ ਦੇ ਲਈ ਅਧਿਕਾਰੀਆਂ ਨੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਪੀਪਲਸ ਰਿਪਬਲਿਕ ਆਫ ਚਾਈਨਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਮੁਰੱਕੋ ਦੇ ਵਿੱਚ ਦਾਖਲੇ ਤੇ ਪਾਬੰਦੀ ਲਗਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਇਸ ਤਣ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰੁਨ ਕੌਰ ਮਾਨ ਨੂੰ ਦਿਵਾਕਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸ਼ੁਕਰੀਆ ਸਤਿ ਸ੍ਰੀ ਅਕਾਲ